ਮੇਰੇ ਨਾਲ ਮੌਜੂਦ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕਰਦੇ ਹਾਂ। ਬਾਜਵਾ ਸਾਹਿਬ, 550 ਸਾਲਾਂ ਅੱਜ ਮਨਾਇਆ ਗਿਆ ਹੈ, ਤਿਆਰੀਆਂ ਕਾਫੀ ਦਿਨਾਂ ਤੁਸੀਂ ਵੀ ਲੱਗੇ ਹੋਏ ਸੀਗੇ, ਅੱਜ ਕਿੰਨਾ ਕੁ ਤੁਸੀਂ ਪੂਰਾ ਸੈਟਿਸਫਾਈਡ ਹੋ ਜਿਹੜੀ ਤਿਆਰੀਆਂ ਸੀਗੀਆਂ? ਪੂਰੇ ਸੈਟਿਸਫਾਈਡ ਹਾਂ ਜੀ, ਬਾਬੇ ਨਾਨਕ ਦੀ ਮਿਹਰ ਨਾਲ, ਉਹਦੀ ਕਿਰਪਾ ਨਾਲ ਸਾਰੇ ਪ੍ਰੋਗਰਾਮ ਬੜੇ ਸਫਲ ਹੋਏ ਨੇ। ਸਾਡੇ ਰਾਸ਼ਟਰਪਤੀ ਜੀ ਆਏ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਸਾਰੀ ਸਿੱਖ ਸੰਗਤ ਨੂੰ ਇਸ ਇਤਿਹਾਸਿਕ ਦਿਨ 'ਤੇ ਬਹੁਤ ਬਹੁਤ ਵਧਾਈ, ਅਤੇ ਆਸ ਕਰਦੇ ਹਾਂ ਹਰ ਪੰਜਾਬੀ, ਹਰ ਮੁਲਕ ਵਾਸੀ ਵਧੇ ਫੁੱਲੇ ਅਤੇ ਪੰਜਾਬ ਅਤੇ ਹਿੰਦੁਸਤਾਨ ਸੁੱਖ ਸ਼ਾਂਤੀ ਰਹੇ। ਅਕਾਲੀ ਦਲ ਕਿਤੇ ਨਜ਼ਰ ਨਹੀਂ ਆਇਆ ਮੁੱਖ ਪੰਡਾਲ ਦੇ ਵਿੱਚ? ਇੱਥੇ ਸੰਗਤ ਸੀਗੀ, ਅਕਾਲੀ ਦਲ ਕਾਂਗਰਸ ਦਾ ਕੋਈ ਸਵਾਲ ਨਹੀਂ, ਸੰਗਤ 'ਚ ਸਾਰੇ ਆ ਜਾਂਦੇ ਨੇ। ਇੱਕ ਮੇਰਾ ਹੋਰ ਸਵਾਲ ਹੈ, ਨਵਜੋਤ ਸਿੰਘ ਸਿੱਧੂ ਵੀ, ਕਿਉਂਕਿ ਸਾਰੀ ਕਾਂਗਰਸ ਦੇ ਨੇਤਾ ਮੌਜੂਦ ਸੀਗੇ, ਉਹ ਨਜ਼ਰ ਨਹੀਂ ਆਏ? ਕੋਈ ਨਹੀਂ, ਉਹਨਾਂ ਦਾ ਜ਼ਰੂਰੀ ਨਹੀਂ ਹਰ ਬੰਦਾ ਹਰ ਥਾਂ ਆਵੇ, ਉਹ ਆਪਣੇ ਤਰੀਕੇ ਨਾਲ ਜਨਮਦਿਨ ਮਨਾ ਰਹੇ ਹੁੰਦੇ ਨੇ, ਐਸੀ ਕੋਈ ਗੱਲ ਨਹੀਂ। ਬਿਲਕੁਲ, ਇਹ ਸੀ ਮੇਰੇ ਨਾਲ ਤ੍ਰਿਪਤ ਰਜਿੰਦਰ ਬਾਜਵਾ। ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨਹੀਂ ਆਇਆ ਕੋਈ ਗੱਲ ਨਹੀਂ, ਪਰ ਅਸੀਂ ਸੰਗਤ ਨੂੰ ਬੁਲਾਇਆ, ਸੰਗਤ ਆਈ ਅਤੇ ਆਸ਼ੀਰਵਾਦ ਗੁਰੂ ਨਾਨਕ ਦਾ ਲੈ ਕੇ ਗਈ। ਨਿਤਿਨ ਦੀਮਾਨ, ਸੁਲਤਾਨਪੁਰ ਲੋਧੀ, ਦੈਨਿਕ ਸਵੇਰਾ ਟੀਵੀ।